ਗੁਰਨਾਮ ਭੁੱਲਰ ਦਾ ਅਖਾੜਾ ਕੋਰੀਏ, ਅੱਜ ਹੀ ਬੁੱਕ ਕਰਾ ਦਾਂਗੇ। ਠੀਕ ਹੈ ਜੀ, ਰੋਲਿੰਗ ਐਂ ਕਰਦੇ ਕਰੋ। ਡੇ ਟੂ 'ਤੇ ਕੰਮ ਸਟਾਰਟ ਆ ਹੁਣ। ਤਿਆਰੀ ਐਂ ਲੱਗਦਾ ਜਿਵੇਂ ਵਿਆਹ 'ਤੇ ਆ ਜਾਂਦੇ ਆ, ਕੱਪੜੇ ਕੁੱਪੜੇ ਤਾਂ ਸੋਹਣੇ ਜਿਹੇ ਇੱਦਾਂ ਪਾਤੇ ਆ। ਸੋ ਕਾਇੰਡ ਆਫ ਫੀਲਿੰਗਾਂ ਵਿਆਹ ਵਾਲੀਆਂ ਹੀ ਆ, ਅਤੇ ਦੇਖਦੇ ਹਾਂ ਕਿੱਦਾਂ ਬਣਦਾ ਕੰਮ। ਘੈਂਟ ਘਰ, ਵਧੀਆ ਲੋਕੇਸ਼ਨ ਆ, ਅਤੇ ਅੱਜ ਸਾਰੇ ਟਾਈਮ 'ਤੇ ਆ। ਸੁਖਵੀਰ ਆ 10 ਮਿੰਟ ਲੇਟ ਆ, ਪਰ ਚਲੋ ਠੀਕ ਆ। ਅਤੇ ਜਸ ਰਿਕਾਰਡਸ ਪ੍ਰੈਜੈਂਟ। ਹਾਂ, ਸਕਰੈਚ ਪਾ ਦੇਣੇ। ਸੋ ਅੱਜ ਹੈਗਾ ਜੀ ਡੇ 2 ਸਾਡਾ। ਸ਼ਮੀ ਵੀਰ ਬਹੁਤ ਮਿਹਨਤ ਕਰ ਰਿਹਾ ਬਿਹਾਈਂਡ ਦਾ ਸੀਨ, ਅਸੀਂ ਸ਼ੂਟ ਕਰ ਰਹੇ ਹਾਂ ਜੀ ਗੁਰਨਾਮ ਭੁੱਲਰ ਵੀਰ ਦਾ ਡੇ 2। ਬੜਾ ਹੀ ਵਿਆਹ ਜਿਹਾ ਵਾਲਾ ਮਾਹੌਲ ਆ, ਅਤੇ ਸਾਡੇ ਬੰਦੇ ਦੇ ਗਲ 'ਤੇ ਪ੍ਰੈਸ ਲੱਗ ਗਈ, ਹੱਥਾਂ ਦੇ ਯਾਦ ਕਰਾਓ ਜਲਨ ਹੋਣ ਲੱਗ ਜਾਂਦੀ ਹੈ। ਨਹੀਂ ਆਪਣੀ ਓਬਾਮੇ ਨਾਲ ਪੁਰਾਣੇ ਯਾਰਾਂ ਨਾਲ ਆਪਣੀ ਯਾਰ। ਪਾਊਡਰ ਉੱਡ ਜਾਂਦਾ ਨਾਲ ਯਾਰ। ਇੱਕ ਤਾਂ ਨਾ ਪਹਿਲਾਂ ਹੁੰਦਾ ਸੀ ਕਿ ਆਰਟਿਸਟ ਨੂੰ ਸਿਰਫ ਕੈਮਰਾ ਸਾਹਮਣੇ ਪਰਫੋਰਮ ਕਰਨਾ ਪੈਂਦਾ ਸੀ, ਹੁਣ ਬਿਹਾਈਂਡ ਦਾ ਸੀਨਸ ਵੀ ਕਰਨੇ ਪੈਂਦੇ ਆ, ਤਾਂ ਪਰਫੋਰਮੈਂਸ ਉਦੋਂ ਵੀ ਚੱਲਦੀ ਰਹਿੰਦੀ ਹੈ। ਲਿਆ ਠੀਕ ਹੈ ਜੀ, ਡਨ ਆ। ਯਾ ਮਸਤ, ਓਕੇ ਹੁਣ ਮੈਂ ਇੱਕ ਹੋਰ ਪਰਫੋਰਮੈਂਸ ਕਰਦੇ ਹਾਂ। ਉਹ ਚੰਨ ਵਰਗੀ ਤੂੰ ਹੁਣ ਤਾਰੇ ਗਿਣਵਾ ਰਿਹਾ ਹਾਂ ਮੈਂ, ਅਜੇ ਸੱਚ ਨਹੀਂ ਦੱਸਦੀ। ਜੇ ਮੈਂ ਪੂਰਾ ਗਾਤਾ ਫਿਰ ਰਾਈਟਸ ਦਾ ਇਸ਼ੂ ਬਣ ਜਾਣਾ, ਫਿਰ ਉਹਨੇ ਵੀਲੌਗ 'ਤੇ ਪੋਸਟ ਨਹੀਂ ਕਰਨਾ। ਅਤੇ ਇੱਕ ਮਿੰਟ ਲੈਣ ਵਧੀਆ ਲੱਗਦੀ ਹੈ। ਉਹ ਤੋਂ ਸੌ ਨਹੀਂ ਹੁੰਦਾ ਤਾਂ ਹੀ ਅੱਖਾਂ ਲਾਲ ਰਹਿੰਦੀਆਂ ਨੇ। ਅੱਜ ਮੈਨੂੰ ਪਤਾ ਲੱਗਿਆ ਕਿ ਅੱਖਾਂ ਲਾਲ ਵਾਲੀ ਲੈਣ ਕਿਉਂ ਲਿਖੀ ਹੈ। ਮੇਰੀ ਅੱਖਾਂ ਵਿੱਚੋਂ ਵੇਨਸ ਲਾਲ ਹੋਈਆਂ ਪਈਆਂ, ਕਿਉਂਕਿ ਕਾਫੀ ਦਿਨਾਂ ਤੋਂ 2-3 ਘੰਟੇ ਹੀ ਸੌ ਰਹੇ ਹਾਂ, ਵੇਨ ਤਾਂ ਜਾ ਰਹੀ ਨੇ। ਇਹ ਆਰਟਿਸਟ ਲਾਈਨ ਬੋਲਦੇ ਹੁੰਦੇ ਆ। ਬਈ ਵੈਸੇ ਜਿਵੇਂ ਵੀਡੀਓ 'ਚ ਦਿਖਾ ਰਹੇ ਹਾਂ, ਦਿਖਾਇਆ ਜਾ ਗਿਆ ਹੈ, ਜਿਵੇਂ ਇਸ ਗੀਤ ਦਾ ਫਿਲਮਾਂਕਣ ਕੀਤਾ ਗਿਆ ਹੈ, ਕਿਸੇ ਦੀ ਅਸਲੀਅਤ ਜ਼ਿੰਦਗੀ 'ਚ ਇੱਦਾਂ ਨਾ ਹੋਵੇ। ਸਾਡੀ ਇਹੀ ਸ਼ੁਭਕਾਮਨਾਵਾਂ ਕਿ ਇਹਨੂੰ ਸਹੇਲੀ ਇਹੋ ਜਿਹੀ ਨਾ ਮਿਲੇ ਜਿਹੜੀ ਪੜਵਾਈ ਛੱਡ ਦਿੰਦੀ ਹੈ ਕੱਢ ਕੇ। ਅੱਜ ਅਸੀਂ ਇੱਥੇ ਸ਼ੂਟ ਕਰ ਰਹੇ ਹਾਂ ਸਰੀ ਵਿੱਚ, ਫਰੰਟੀਅਰ ਬ੍ਰਾਈਡਲਸ। ਯੈਸ ਸਰੀ, ਮੇਰਾ ਨਾਲ ਗੁਰਨਾਮ ਵੀਰ ਆ, ਅਤੇ ਸਾਡੇ ਨਾਲ ਅੰਕਲ ਜੀ ਹੋਣੀ ਫਰੰਟੀਅਰ ਤੋਂ, ਅਤੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ। ਅਤੇ ਲਾਸਟ ਸ਼ੋਟ ਆ ਜੀ, ਅਤੇ ਉਸ ਤੋਂ ਬਾਅਦ 1 ਸ਼ੋਟ ਹੋਰ ਆ ਵੈਨਕੂਵਰ ਵਿੱਚ, ਫਿਰ ਸਾਡਾ ਵੀਡੀਓ ਹੋ ਜਾਣਾ ਕੰਪਲੀਟ।
ਤੇ ਤੁਸੀਂ ਕਰਨੀ ਹੈ ਸਾਨੂੰ ਸਪੋਰਟ ਲੈਂਸ ਦਾ। ਨਾਮ ਭੁੱਲਰ ਵੀਰੇ ਦਾ ਸੌਂਗ ਆ ਤੇ ਮਿਊਜ਼ਿਕ ਹੈਗਾ ਮਿਊਜ਼ਿਕ ਕੀ ਦਾ ਵੀਰੇ ਮਿਊਜ਼ਿਕ ਲਈ ਅਜੇ ਫਾਈਨਲ ਨਹੀਂ ਕੀਤਾ ਮਿਊਜ਼ਿਕ ਕੀ ਦਾ ਡੰਮੀ ਆ ਅਜੇ ਡੰਮੀ ਆ ਮਤਲਬ ਮਿਊਜ਼ਿਕ ਦਾ ਟੈਂਪੋ ਸਾਡਾ ਆ ਹੀ ਰਹੂਗਾ ਹਾਂਜੀ ਅਸੀਂ ਬਿਨਾਂ ਮਿਊਜ਼ਿਕ ਤੋਂ ਦੇ ਸ਼ੁਰੂ ਮਾਰੋ ਤੋ ਵਾਓ ਸੋ ਐਨੀਵੇਸ ਪਤਾ ਨਹੀਂ ਕੌਣ ਕੀ ਆ ਇਕਵਿੰਦਰ ਮੁੰਡਾ ਵੀਡੀਓ ਬਣਾਈ ਕੋਈ ਨਾਮ ਮੈਨੂੰ ਪਤਾ ਨਹੀਂ ਦਾ ਕਿਹੜਾ ਫਿਸ਼ ਨੈਕਸਟ ਲੈਵਲ ਹੈ ਗਿਆ ਫਿਸ਼ ਸੋ ਮੁੰਡੇ ਨੇ ਜਿਹਨੇ ਬਣਾਇਆ ਜੀ ਉਹਦਾ ਅਫੀਸ਼ੀਅਲ ਨਾਮ ਹਜੇ ਰਜਿਸਟਰ ਨਹੀਂ ਕਰਾਇਆ ਨਵਾਂ ਮੁੰਡਾ ਆ ਤੇ ਅਸੀਂ ਕਰਾਵਾਂਗੇ ਸੋ ਫਲਾਨਾ ਮਿਊਜ਼ਿਕ ਬਹੁਤ ਵਧੀਆ ਕੀਤਾ ਤੇ ਜਸ ਰਿਕਾਰਡ ਦਾ ਕੰਮ ਤੇ ਸਾਡੀ ਟੀਮ 10+1 ਕ੍ਰੀਏਸ਼ਨ ਅੱਧੇ ਬੰਦੇ ਮਿਸਾ ਹਨਾ ਤੇ ਕਿਉਂਕਿ ਵੀਕ ਡੇ ਸੀਗਾ ਤੇ ਆਏ ਨਹੀਂ ਗਏ ਸ਼ੂਟ ਤੇ ਮੈਂ ਸਾਡਾ ਵੀਡੀਓ ਦੀ ਜ਼ਿੰਮੇਵਾਰੀ ਸੀਗੀ ਬਹੁਤ ਵਧੀਆ ਸ਼ੂਟ ਹੈ ਇਹਦਾ ਵੀਰਾ ਹੈਗਾ ਬਹੁਤ ਮਲਟੀ ਟੈਲੈਂਟਡ ਅਤੇ ਐਂਡ ਇਹਦੀ ਲੁੱਕਸ ਬਾਈ ਦੀਆਂ ਬਹੁਤ ਘੈਂਟ ਸੀਗੀਆਂ ਅਤੇ ਬਹੁਤ ਵਧੀਆ ਲੱਗਿਆ ਸੱਚਾਈ ਗੱਲ ਇਹ ਆ ਕਿ ਜਿਹੜੀ ਜੈਨੂਅਨ ਗੱਲ ਆਪਾਂ ਕਰੀਏ ਜੇ ਵੀਰੇ ਦੀ ਮੈਂ ਫਸਟ ਟਾਈਮ ਕੰਮ ਕੀਤਾ ਤਰੀਫ ਤੇ ਕੰਮ ਦਾ ਮੈਂ ਆਲਰੇਡੀ ਫੈਨ ਹਮੇਸ਼ਾ ਤੋਂ ਹਾਂ ਜਦੋਂ ਤੋਂ ਇਹ ਇਹਨਾਂ ਦੀਆਂ ਵੀਡੀਓਜ਼ ਆ ਰਹੀਆਂ ਤੇ ਇੱਕ ਦਿਲ 'ਚ ਜਦੋਂ ਮੈਂ ਫਸਟ ਟਾਈਮ ਹੋਰ ਮੋਟਾ ਹੋ ਰਿਹਾ ਤੇ ਵੀਰਾ ਸੱਚੀ ਜਿਵੇਂ ਛੋਟੇ ਭਰਾਵਾਂ ਵਾਂਗੂ ਪਿਆਰ ਵੀ ਕਰਦਾ ਸਿਖਾਉਂਦਾ ਵੀ ਆ ਬਹੁਤ ਕੁਛ ਸਿੱਖਣ ਨੂੰ ਮਿਲਿਆ ਸਾਰੀ ਟੀਮ ਇਹਨਾਂ ਦੀ ਬਹੁਤ ਵਧੀਆ ਮੇਕਅਪ ਵਾਲੇ ਕੁਲਜੀਤ ਜੀ ਔਰ ਸਾਰੇ ਵੀਰ ਵਿੱਕੀ ਵੀਰਾ ਔਰ ਸਾਡੇ ਕੱਲ੍ਹ ਬੈਂਟਲੇ ਵਾਲੇ ਭਾਜੀ ਅਤੇ ਸਾਰਿਆਂ ਨੇ ਵੀਰੇ ਬਹੁਤ ਮਿਹਨਤ ਕੀਤੀ ਆ ਅਤੇ ਉਮੀਦ ਕਰਦੇ ਹਾਂ ਤੁਸੀਂ ਕੰਮ ਪਸੰਦ ਕਰਦੇ ਵੀ ਹੋ ਔਰ ਹੁਣ ਵੀ ਕਰੋਗੇ ਜਸ ਰੈਕਡ ਅਤੇ ਜਸਵੀਰ ਹੁਣ ਸਪੈਸ਼ਲ ਇੱਕ ਬੋਨਸ ਤੁਹਾਡੇ ਮਨੋਰੰਜਨ ਲਈ ਵਿੱਕੀ ਇੱਕ ਬੋਲੀ ਪਾ ਕੇ ਚੱਲ ਚੱਲ ਵਿੱਕੀ ਗਿੱਧਾ ਪਾ ਮਿਲੀ ਇਟ ਇਜ਼ ਫਨੀ ਨਾ ਇਟ ਇਜ਼ ਨਾਟ ਬਹੁਤ ਪਸੰਦ ਹੈ